ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਪਜੀ ਢਾਲੀਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਯੂਕੇ ਤੋਂ ਹਟ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਕਿ ਜਿਹੜੇ ਬੰਦੇ ਯੂਕੇ ਨਹੀਂ ਆਉਣਾ ਚਾਹੁੰਦੇ ਜਾਂ ਜਿਹੜੇ ਬੰਦੇ ਹੁਣ ਯੂਕੇ ਜਿਨ੍ਹਾਂ ਲਈ ਰਸਤੇ ਆ ਜਿਹੜੇ ਬੰਦ ਹੋ ਗਏ ਆ ਜਾਂ ਇਹ ਕਹਿ ਲਓ ਕਿ ਜਿਨ੍ਹਾਂ ਦੀ ਮਨਸ਼ਾ ਕਿ ਅਸੀਂ ਯੂਰਪ ਵਾਲੀ ਸਾਈਡ ਜਾਣਾ ਜਾਂ ਉਹਨਾਂ ਦੇ ਉੱਥੇ ਰਿਲੇਟਿਵ ਰਹਿੰਦੇ ਆ ਜੋ ਵੀ ਆ ਸੋ ਉਹਨਾਂ ਲਈ ਆਪਾਂ ਵੀਡੀਓ ਲੈ ਕੇ ਆਇਆ ਬਹੁਤ ਸਾਰੇ ਬੰਦਿਆਂ ਦੇ ਕਮੈਂਟ ਵੀ ਆਉਂਦੇ ਸੀ ਕਿ ਭਾਜੀ ਕੋਈ ਯੂਰਪ ਤੇ ਕੋਈ 스위ਟਜ਼ਲੈਂਡ ਤੇ ਕੋਈ ਡੈਨਮਾਰਕ ਜਰਮਨੀ ਫਰਾਂਸ ਜਾਂ ਇਹਨਾਂ ਕੰਟਰੀਆਂ ਤੇ ਤੁਸੀਂ ਵੀਡੀਓ ਵੀ ਬਣਾਇਆ ਕਰੋ ਤਾਂ ਕਿ ਸਾਨੂੰ ਥੋੜੀ ਜੀ ਨੌਲੇਜ ਹੋ ਜੇ ਤਾਂ ਧੰਨਵਾਦ ਆ ਤੁਹਾਡਾ ਤੁਸੀਂ ਘੱਟ ਤੋਂ ਘੱਟ ਇਹਨਾਂ ਵਿੱਚ ਵਿਸ਼ਵਾਸਤਾ ਕਰਦੇ ਹੋ ਹਨ ਤੇ ਜੇ ਵੀਡੀਓ ਲੈ ਕੇ ਆਵਾਂਗੇ ਤਾਂ ਤੁਹਾਨੂੰ ਸਹੀ ਗੱਲਾਂ ਜਿਹੜੀਆਂ ਪਤਾ ਲੱਗਣੀਆਂ ਇਹਦੇ ਲਈ ਤੁਹਾਡਾ ਬੜਾ ਬੜਾ ਧੰਨਵਾਦ ਆ ਸੋ ਆਪਾਂ ਅੱਜ ਇੱਕ ਯੂਰਪ ਦੀ ਕੰਟਰੀ ਆ ਲਕਜ਼ਮਬਰਗ ਹਨ ਮੇਰੇ ਹਿਸਾਬ ਨਾਲ ਤਾਂ ਇਦਾਂ ਹੀ ਕਿਹਾ ਜਾਂਦਾ ਨੂੰ ਲਕਜ਼ਮਬਰਗ ਤੇ ਫਿਰ ਵੀ ਕਿਸੇ ਨੇ ਕੋਈ ਬੰਦਾ ਕਹਿੰਦਾ ਆ ਤੈਨੂੰ ਬੋਲਣੇ ਨੇ ਹੁੰਦਾ ਤੇ ਕੋਈ ਗੱਲ ਨਹੀਂ ਬਈ ਹਨਾ ਆਪਾਂ ਮੈਸੇਜ ਕਨਵੇ ਕਰ ਦਿਆਂਗੇ ਕਿ ਇਦਾਂ ਦੀ ਜਿਹੜੀ ਕੰਟਰੀ ਹੈਗੀ ਆ ਯੂਰਪਾ ਦੇ ਵਿੱਚ ਸੁਣੀ ਬਹੁਤ ਬੰਦਿਆਂ ਨੇ ਹੁਣੀ ਆ ਵਰਕ ਪਰਮਿਟ ਇਹਦੇ ਓਪਨ ਹੋ ਗਿਆ ਵੀ ਬਹੁਤ ਬੰਦਿਆਂ ਨੇ ਸੁਣੀ ਹੁਣੀ ਆ ਤੇ ਇਹਦੇ ਬਾਰੇ ਆਪਾਂ ਅੱਜ ਗੱਲਾਂ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਬੰਦੇ ਯੂਕੇ ਨਹੀਂ ਹੁਣਾ ਚਾਹੁੰਦੇ ਸੀ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਹੀਂ ਸੀ ਸੋ ਜੇ ਤੁਸੀਂ ਹੁਣ ਯੂਰਪ ਸਾਈਡ ਜਾਣਾ ਚਾਹੁੰਦੇ ਹੋ ਜਿਹੜੇ ਬੰਦੇ ਯੂਰਪ ਦੇ ਲਵਰ ਆ ਸੋ ਉਹ ਬੰਦੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਹੁਣ ਤੁਸੀਂ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਸੋ ਆਪਾਂ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਬੰਦੇ ਕਹਿੰਦੇ ਸੀ ਯਾਰ ਤੂੰ ਯੂਕੇ ਦੀ ਰੀਲ ਬੜੀ ਘਮਾਉਂਦਾ ਹੁਣ ਐਕਚੁਅਲੀ ਯਾਰ ਮੈਂ ਇੱਥੇ ਰਹਿਣਾ ਇੱਥੋਂ ਦੀ ਜੋ ਚੀਜ਼ਾਂ ਵੇਖੀਆਂ ਉਹ ਆਪਾਂ ਦੱਸ ਦਿੰਨੇ ਆ ਤੁਹਾਨੂੰ ਹਨਾ ਤਾਂ ਕਰਕੇ ਯੂਕੇ ਦੀ ਜਲਦੀ ਬਟ ਉਥੇ ਹੁਣ ਜੋ ਜੋ ਆਪਾਂ ਸਾਈਡਸ ਤੇ ਵੇਖਦੇ ਆ ਸਿਰਫ ਉਹਨਾਂ ਦੇ ਜਰੀਏ ਮੈਂ ਵੀਡੀਓ ਬਣਾ ਰਿਹਾ ਇੱਕ ਨਾ ਤੁਹਾਡਾ ਨਾਲ ਗੱਲ ਬੜੀ ਜ਼ਰੂਰੀ ਸ਼ੇਅਰ ਕਰਨੀ ਹੈ ਕਿ ਇੱਕ ਬੁੱਧੀਜੀਵੀ ਭਰਾ ਦਾ ਮੈਸੇਜ ਆਇਆ ਸੀ ਮੈਨੂੰ ਬੁੱਧੀਜੀਵੀ ਮਤਲਬ ਜਿਹੜੇ ਬੰਦੇ ਪੰਜਾਬ ਦੇ ਰਖਵਾਲੇ ਆ ਜਾਂ ਪੰਜਾਬ ਦੇ ਇਹ ਕਹਿ ਲਓ ਕਿ ਰਖਵਾਲੇ ਬਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਨਹੀਂ ਪਤਾ ਬਹੁਤ ਬੰਦੇ ਵੀ ਪੰਜਾਬ ਦੇ ਵਿੱਚ ਕੰਮ ਕਰਦੇ ਆ ਉਹ ਮੈਨੂੰ ਕਹਿੰਦੇ ਯਾਰ ਬਾਈ ਜਿਹੜੇ ਯੂਟਿਊਬਰ ਹਨ ਦੇਖੋ ਗੱਲ ਉਹਨਾਂ ਨੇ ਵਧੀਆ ਕੀਤੀ ਹੈ ਮੇਰੇ ਨਾਲ ਕੋਈ ਰੂਡ ਵਿਹਵ ਨਹੀਂ ਕੀਤਾ ਵਧੀਆ ਮੈਸੇਜ ਕੀਤਾ ਮੈਨੂੰ ਕਿ ਯਾਰ ਤੁਸੀਂ ਨਾ ਪੰਜਾਬ ਖਾਲੀ ਕਰ ਦੇਣਾ ਜਿਹੜੇ ਯੂਟਿਊਬਰ ਹਨਾ ਇਹ ਵੀ ਪੰਜਾਬ ਖਾਲੀ ਕਰਨ ਚ ਬਹੁਤ ਵੱਡਾ ਇਹਨਾਂ ਦਾ ਵੀ ਯੋਗਦਾਨ ਸੋ ਯਾਰ ਦੇਖੋ ਮੇਰੇ ਕਹਿਣ ਨਾਲ ਨਾ ਤਾਂ ਪੰਜਾਬ ਖਾਲੀ ਹੋਣਾ ਤੇ ਜੇ ਮੈਂ ਕਹਦੇ ਆ ਬਈ ਸਾਰੇ ਰੁਕ ਜਾਓ ਤੇ ਸਾਰਿਆਂ ਨੇ ਕਹਿਣਾ ਬਈ ਤੂੰ ਇੱਥੇ ਕੀ ਲੈਣ ਗਿਆ ਤੇ ਨਾ ਮੇਰੇ ਕਹਿਣ ਨਾਲ ਪੰਜਾਬ ਭਰਨਾ ਬਾਕੀ ਮੈਂ ਉਹਨਾਂ ਬੰਦਿਆਂ ਲਈ ਵੀਡੀਓ ਬਣਾਉਣਾ ਜਿਹੜੇ ਬੰਦਿਆਂ ਨੂੰ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਆਉਣਾ ਚਾਹੁੰਦੇ ਆ ਮੈਂ ਨਹੀਂ ਕਹਿੰਦਾ ਕਿ ਆਓ ਯਾਰ ਤੁਸੀਂ ਇੰਡੀਆ ਜਾਂ ਪੰਜਾਬ ਬੈਠੇ ਕੀ ਕਰਦੇ ਹੋ ਸੈਂਕਲੀ ਮੈਂ ਭਰਾ ਨੂੰ ਦੱਸਣਾ ਜੋ ਨਾ ਬੁੱਧੀਜੀਵੀ ਨੂੰ ਕਿ ਭਾਈ ਸਾਹਿਬ ਮੈਂ ਮੈਨੂੰ ਬਹੁਤ ਸਾਰੀ ਡਿਮਾਂਡ ਆ ਕਿ ਮੈਂ ਆਪਣੀ ਵੀਡੀਓ ਦੇ ਵਿੱਚ ਹਾਫ ਆ ਜਿਹੜੀ ਇੰਗਲਿਸ਼ ਯੂਜ਼ ਕਰਿਆ ਕਰਾਂ ਜਾਂ ਜ਼ਿਆਦਾਤਰ ਵੀਡੀਓ ਮੈਂ ਹਿੰਦੀ ਦੇ ਵਿੱਚ ਬਣਾਵਾਂ ਤਾਂ ਕਿ ਤੁਹਾਨੂੰ ਕਮਰਸ਼ੀਅਲ ਫਾਇਦਾ ਵੀ ਮਿਲ ਸਕੇ ਤਾਂ ਕਿ ਜਿਹੜੇ ਹੋਰ ਵੀ ਇੰਡੀਅਨ ਬੰਦੇ ਆ ਉਹਨਾਂ ਨੂੰ ਵੀ ਫਾਇਦਾ ਮਿਲ ਸਕੇ ਵੈਸੇ ਮੈਂ ਕੋਈ ਹਿੰਦੀ ਦੇ ਖਿਲਾਫ ਨਹੀਂ ਆ ਕੋਈ ਇੰਗਲਿਸ਼ ਦੇ ਖਿਲਾਫ ਨਹੀਂ ਆ ਬਟ ਅ ਕੋਸ਼ਿਸ਼ ਕਿ ਵੀਡੀਓ ਮੈਂ ਹਿੰਦੀ ਚ ਤਾਂ ਬਣਾਈਆਂ ਹੋਈਆਂ ਇੱਕ ਦੋ ਬਣਾਈਆਂ ਵੀ ਆ ਮੈਂ ਬਟ ਉਹ ਜ਼ਿਆਦਾ ਯੂਜ਼ ਹੋਣ ਵਾਲੀਆਂ ਵੀਡੀਓ ਆ ਜਿਵੇਂ ਤੁਸੀਂ ਡਰਾਈਵਿੰਗ ਲਾਇਸੈਂਸ ਕਿਵੇਂ ਫਿਲ ਕਰਨਾ ਤੁਸੀਂ ਜਲਦੀ ਡੇਟ ਕਿਵੇਂ ਚੱਕ ਸਕਦੇ ਹੋ ਫਿਰ ਮੈਂ ਤਾਂ ਬਣਾਈਆਂ ਤਾਂ ਕਿ ਚਲੋ ਯਾਰ ਉਹਨਾਂ ਦੇ ਵਿਚਾਰਾਂ ਨੇ ਕੰਮ ਆ ਜੇ ਕੋਈ ਆਪਣੇ ਮੇਰੇ ਕੋਈ ਦੁਸ਼ਮਣ ਤਾਂ ਨਹੀਂ ਆ ਬਟ ਮੈਂ ਜ਼ਿਆਦਾਤਰ ਵੀਡੀਓ ਪੰਜਾਬੀ ਚ ਇਸ ਲਈ ਬਣਾਉਣਾ ਯਾਰ ਕਿ ਦੇਖੋ ਮੈਂ ਪੰਜਾਬੀ ਨੂੰ ਜੀਵਤ ਰੱਖਣਾ ਚਾਹੁੰਦਾ ਮੈਂ ਇੱਥੇ ਇਹ ਨਹੀਂ ਆ ਕਿ ਮੈਂ ਇੱਥੇ ਆ ਗਿਆ ਇਹ ਨਹੀਂ ਆ ਕਿ ਮੈਨੂੰ ਹਿੰਦੀ ਨਹੀਂ ਆਉਂਦੀ ਇਹ ਨਹੀਂ ਆ ਕਿ ਮੈਂ ਇੰਗਲਿਸ਼ ਦੇ ਵਿੱਚ ਯੂਜ਼ ਨਹੀਂ ਕਰ ਸਕਦਾ ਹਨਾ ਕਿ ਚਲੋ ਸਾਰਿਆਂ ਨੂੰ ਸਮਝ ਆ ਜੇ ਬਟ ਮੇਰਾ ਪਰਪਸ ਮੇਰਾ ਵੀ ਇਹੀ ਆ ਕਿ ਯਾਰ ਪੰਜਾਬੀ ਜਿਉਂਦੀ ਰਵੇ ਤੇ ਪਿਓਰ ਪੰਜਾਬੀ ਚ ਹਰ ਇੱਕ ਬੰਦੇ ਨਾਲ ਗੱਲ ਕੀਤੀ ਜਾਵੇ ਜੇ ਮੈਂ ਹਿੰਦੀ ਕਦੇ ਯੂਜ਼ ਕਰਦਾ ਜਾਂ ਤੁਸੀਂ ਦੇਖੋ ਮੈਂ ਕਿੰਨੀ ਕਹਿੰਦੀ ਯੂਜ਼ ਕਰਦਾ ਸੋ ਜਿਹੜੇ ਵਿਚਾਰੇ ਆਪਣੇ ਫੋਲੋਅਰ ਆਪਣੇ ਸਬਸਕ੍ਰਾਈਬਰ ਆ ਉਹ ਮੈਨੂੰ ਦੱਸ ਹੀ ਸਕਦੇ ਹਨਾ ਸੋ ਬੁੱਧੀਜੀਵੀ ਸਾਹਿਬ ਮੇਰਾ ਵੀ ਪਿਆਵਲ ਖਿਆਲ ਆ ਨੋ ਵਰੀ ਟੈਂਸ਼ਨ ਨਾ ਲਓ ਮੈਂ ਵੀ ਪਿਆਵਾਰੇ ਸੋਚਦਾ ਬਟ ਦਾ ਤੁਸੀਂ ਚ ਸਿলেকਸ਼ਨ ਤੋਂ ਕਰਤੂ ਕਰ ਦਿੰਨੇ ਹੋ ਨਾ ਸੋ ਬਹੁਤ ਵਧੀਆ ਲੱਗਿਆ ਬਾਈ ਇਦਾਂ ਤੁਸੀਂ ਇਦਾਂ ਵੀ ਆਪਦੀ ਸਿলেকਸ਼ਨ ਦਿੰਦੇ ਰਿਹਾ ਕਰੋ ਸੋ ਗੱਲ ਆਪਾਂ ਕਰਦੇ ਆ ਲਕਸਮਬਰਗ ਦੀ ਲਕਸਮਬਰਗ ਦਾ ਜਿਹੜਾ 2024 ਦੇ ਵਿੱਚ ਉਹਨੇ ਵੀ ਜਿਹੜਾ ਵਰਕ ਪਰਮਿਟ ਆ ਓਪਨ ਕਰਤਾ ਹੁਣ ਸਭ ਤੋਂ ਵਧੀਆ ਨਿਊਜ਼ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦੇਣਾ ਕਿ ਕੁਝ ਕੁ ਜੌਬ ਇਦਾਂ ਦੀਆਂ ਹੈਗੀਆਂ ਜਿਦੇ ਵਿੱਚ ਨਾ ਤਾਂ ਕੋਈ ਕੁਆਲੀਫਿਕੇਸ਼ਨ ਰਿਕੁਆਇਰਮੈਂਟ ਆ ਜਿਵੇਂ ਕੰਸਟਰਕਸ਼ਨ ਦਾ ਵਰਕ ਵੇਅਰਹਾ우스 ਦਾ ਵਰਕ ਜਾਂ ਕਹਿ ਲਓ ਮਤਲਬ ਅਨਸਕਿਲਡ ਜੋ ਜੌਬਸ ਹੁੰਦੀਆਂ ਹਨ ਉਹਦੇ ਲਈ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਮੈਂਟ ਨਹੀਂ ਆ ਤੇ ਆਈਲੈਂਡਸ ਦੇ ਵੀ ਕੋਈ ਰਿਕੁਆਇਰਮੈਂਟ ਨਹੀਂ ਹੈ ਇਹ ਨਹੀਂ ਕਿ ਤੁਸੀਂ ਕੋਈ ਇੰਗਲਿਸ਼ ਟੈਸਟ ਦੇਣਾ ਤੇ ਤੁਹਾਨੂੰ ਉੱਥੇ ਤਾਂ ਹੀ ਹੈ ਤੇ ਬਹੁਤ ਵਧੀਆ ਜਿਹੜੀ ਗੱਲ ਆ ਕਿ ਤੁਸੀਂ ਆਪਣੇ ਪਾਰਟਨਰ ਨੂੰ ਆਪਣੇ ਸਪਾਊਸ ਨੂੰ ਆਪਣੇ ਡਿਪੈਂਡੈਂਟ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਸੋ ਲਕਜ਼ਮਬਰਗ ਦੀ ਇਹ ਬਹੁਤ ਵੱਡੀ ਖਾਸੀਅਤ ਆ ਕਿਉਂਕਿ ਜਿਹੜੇ ਬੰਦੇ ਯੂਕੇ ਆਉਣਾ ਚਾਹੁੰਦੇ ਸੀ ਜਾਂ ਜਿਹੜੇ ਬੰਦੇ ਸੋਚਦੇ ਸੀ ਯਾਰ ਹੁਣ ਤਾਂ ਆਪਾਂ ਕਿਉਂਕਿ ਕੇਅਰ ਵਰਕਰ ਦੇ ਵੀਜ਼ੇ ਇੱਥੇ ਜ਼ਿਆਦਾ ਲੱਗਦੇ ਆ ਤੇ ਉਹ ਸੋਚਦੇ ਸੀ ਹੁਣ ਆਪਾਂ ਕੀ ਕਰਾਂਗੇ ਯਾਰ ਸੋ ਕੀ ਕਰਾਂਗੇ ਆਪਾਂ ਹੁਣ ਤਾਂ ਡਿਪੈਂਡੈਂਟ ਨਹੀਂ ਜਾ ਸਕਦੇ ਕੋਈ ਜ਼ਿਆਦਾਤਰ ਅਸੀਂ ਆਪਣੀ ਫੈਮਿਲੀ ਨੇ ਇੱਥੇ ਆਉਣ 'ਚ ਵਿਸ਼ਵਾਸ ਰੱਖਦੇ ਆ ਕਿਉਂਕਿ ਜ਼ਿਆਦਾਤਰ ਹੁਣ ਜਿਹੜਾ ਜੇ ਮੈਂ ਕੱਲ ਮੈਂ ਇੱਕ ਚੱਜ ਦਾ ਵਿਚਾਰ ਤੈਣਾ ਤੈਣਾ ਸਾਹਿਬ ਨੂੰ ਮੈਂ ਬਹੁਤ ਸੁਣਦਾ ਹਣਾ ਜੋ ਚੱਜ ਦਾ ਵਿਚਾਰ ਪ੍ਰੋਗਰਾਮ ਕਰਦੇ ਆ ਸੋ ਉਹਨਾਂ ਨੇ ਇੱਕ ਨਿਊ ਦੱਸੀ ਸੀ ਮੈਂ ਇੱਥੇ ਡੇਲੀ ਸੁਣਦਾ ਕਿਉਂਕਿ ਮੇਰਾ ਕੰਮ ਆ ਜਿਹੜਾ ਗੱਡੀ ਚਾ ਤੇ ਮੈਂ ਉਹਨਾਂ ਦੇ ਪ੍ਰੋਗਰਾਮ ਤਾਂ ਮਿਸ ਕਰਦਾ ਹੀ ਨਹੀਂ ਸੋ ਉਹਨਾਂ ਨੇ ਕਿਹਾ ਸੀ ਯਾਰ ਜਿਹੜਾ ਕੈਨੇਡਾ ਵੱਲ ਮੋਹ ਆਣਾ ਬਹੁਤ ਸਾਰੇ ਲੋਕਾਂ ਦਾ ਭੰਗ ਹੋਣਾ ਸ਼ੁਰੂ ਹੋ ਗਿਆ ਉਹਨਾਂ ਕੋਲ ਇੱਕ ਰਿਪੋਰਟ ਸੀ ਮੈਨੂੰ ਯਾਦ ਨਹੀਂ ਕਿ ਉਨ੍ਹਾਂ ਦੀ ਰਿਪੋਰਟ ਮੁਤਾਬਕ ਕੈਨੇਡਾ ਨਾਲ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਜੇ ਕੈਨੇਡਾ ਨਾਲ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬ ਛੱਡਣਾ ਬੰਦ ਕਰਤਾ ਇਹਦਾ ਮਤਲਬ ਇਹ ਹੈ ਕਿ ਅਸੀਂ ਹੋਰ ਕੰਟਰੀਆਂ ਨੂੰ ਲਾਈਕ ਆਸਟ੍ਰੇਲੀਆ ਯਾ ਯੂਐਸਏ ਯੂਕੇ ਨਿਊਜ਼ੀਲੈਂਡ ਜਾਂ ਯੂਰਪ ਯੂਰਪ ਸਾਡੀ ਬਹੁਤ ਸਾਰੀ ਤਦਾਦ ਆ ਸਾਡੇ ਪੰਜਾਬ ਦੀ ਸੋ ਯੂਰਪ ਇੱਕ ਬਹੁਤ ਵੱਡਾ ਸੋ ਉਹਦੇ ਵੱਲ ਆ ਜਿਹੜਾ ਲੋਕਾਂ ਨੇ ਮੂਵ ਕਰਨਾ ਸ਼ੁਰੂ ਕੀਤਾ ਇਸ ਓਪਰਚੁਨਿਟੀ ਦੇ ਵਿੱਚ ਲਕਜ਼ਮਬਰਗ ਆ ਜਿਹੜਾ ਇੱਕ ਬਹੁਤ ਵਧੀਆ ਓਪਰਚੁਨਿਟੀ ਆ ਤੁਹਾਡੇ ਵਾਸਤੇ ਜੇ ਤੁਸੀਂ ਇਸ ਜੋਬ ਦਾ ਲਿੰਕ ਦੇਣਾ ਮੈਂ ਵੀਡੀਓ ਦੀ ਸਟਾਰਟਿੰਗ ਜੀ ਦੱਸ ਦਿਨਾ ਤੁਹਾਨੂੰ ਲਿੰਕ ਚਾਹੀਦਾ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਿਓ ਤੁਹਾਨੂੰ ਮੈਂ ਜੋਬ ਅਪਲਾਈ ਕਰਨ ਦਾ ਉਹਨਾਂ ਦਾ ਗਵਰਨਮੈਂਟ ਦਾ ਲਿੰਕ ਵੀ ਦੇ ਦੂੰਗਾ ਠੀਕ ਹੈ ਇਹ ਨਹੀਂ ਕਿ ਮੇਰੀ ਵੀਡੀਓ ਇੰਨੀ ਸੁਣੋ ਉਸ ਤੋਂ ਬਾਅਦ ਕਰੋ ਬੰਦ ਤੇ ਸਿੱਧਾ ਜਾ ਕੇ ਜੰਟ ਨੂੰ ਮੇਲੋ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਇਹੀ ਆ ਸਾਡੇ ਬੰਦਿਆਂ ਦੀ ਅਸੀਂ ਗੱਲ ਨੂੰ ਨਾ ਤਾਂ ਪੂਰੀ ਸੁਨਣਾ ਨਾ ਅਸੀਂ ਤੈਹ ਤੱਕ ਜਾਣਾ ਉਹਦੇ ਅਸੀਂ ਜਾ ਕੇ ਜੰਟ ਨੂੰ ਮਿਲਣਾ ਤੇ ਉੱਥੇ ਸਾਡੀ ਲਾਉਂਦੇ ਆ ਉਹ ਸ਼ਿੱਲ ਬਾਅਦ ਚ ਕਹਿੰਦੇ ਅਸੀਂ ਲੁੱਟੇ ਗਏ ਅਸੀਂ ਤਬਾਹ ਹੋ ਗਏ ਅਸੀਂ ਜੇ ਹੋ ਗਏ ਅਸੀਂ ਵੋ ਹੋ ਗਏ ਇਹ ਸਚਾਈ ਆ ਕੌੜੀ ਲੱਗੂਗੀ ਗੱਲ ਤੁਹਾਨੂੰ ਪਰ ਇਹ ਸਚਾਈ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਸਾਰੀ ਜੌਬ ਦੀ ਸਰਚ ਆਪ ਕਰਿਓ ਤੁਹਾਨੂੰ ਮੈਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰਿਓ ਤੁਹਾਨੂੰ ਮੈਂ ਲਿੰਕ ਭੇਜੂਗਾ ਸਾਰੀ ਸਰਚ ਆਪ ਕਰਿਓ ਕਿ ਕੀ ਚੀਜ਼ ਆ ਕੀ ਨਹੀਂ ਆ ਮੋਟੀਆਂ-ਮੋਟੀਆਂ ਗੱਲਾਂ ਮੈਂ ਵੀ ਦੱਸ ਦਿੰਨਾ ਸੋ ਆਪਾਂ ਇੰਨੀ ਲੰਬੀ ਵੀਡੀਓ ਨਹੀਂ ਬਣਾ ਸਕਦੇ ਕਿ ਤੁਹਾਨੂੰ ਹਰ ਇੱਕ ਗੱਲ ਮੈਂ ਤੈਅ ਤੇ ਜਾਵੜਾ ਹਣਾ ਮੋਟੀਆਂ-ਮੋਟੀਆਂ ਗੱਲਾਂ ਮੈਂ ਦੱਸ ਦਊਗਾ ਜਿਹੜਾ ਸਰਚ ਮਾਰਨ ਚ ਆਪ ਨਿਆਰਾ ਨਾ ਉਹ ਹੋਰ ਕਿਸੇ ਚੀਜ਼ ਚ ਨਹੀਂ ਆ ਕਿਸੇ ਨੂੰ ਪੁੱਛ ਕੇ ਨਹੀਂ ਆ ਜੋ ਨਿਆਰਾ ਸਰਚ ਮਾਰਦੇ ਸਭੋਏ ਕਰੋ ਤੁਸੀਂ ਮੈਨੂੰ ਕਹੋਗੇ ਸਰਚ ਮਾਰ ਕੇ ਤੇ ਸੋ ਮੈਂ ਉਹਨਾਂ ਵੇਰ ਨਹੀਂ ਹੋਊਗਾ ਹੋ ਸਕਦਾ ਮੈਂ ਬਿਜ਼ੀ ਹੋਵਾਂ ਹੋ ਸਕਦਾ ਮੇਰੇ ਕੋਲ ਟਾਈਮ ਨਾ ਹੋਵੇ ਸੋ ਜਿੰਨੇ ਤੁਸੀਂ ਆਪ ਵੇਰੋਂਗੇ ਸੋ ਪਲੀਜ਼ ਯਾਰ ਸਰਚ ਆਪ ਮਾਰਿਓ ਲਿੰਕ ਮੈਂ ਭੇਜੂਗਾ ਤੁਹਾਨੂੰ ਹਨਾ ਕੋ ਮੋਟੀ ਮੋਟੀ ਗੱਲ ਮੈਂ ਦੱਸਦਾਂ ਲਗਜ਼ਮਬਰਗ ਦੀ ਲਗਜ਼ਮਬਰਗ ਦੀ ਸਭ ਤੋਂ ਵੱਡੀ ਖਾਸियत ਆ ਸਭ ਤੋਂ ਵੱਡੀ ਕਿ ਰਿਚੇਸਟ ਕੰਟਰੀ ਆ ਯੂਰਪ ਦੀ ਰਿਚੇਸਟ ਕੰਟਰੀ ਲਗਭਗ ਜਿਹੜੀਆਂ ਵੱਡੀਆਂ ਕੰਟਰੀਆਂ ਛੋਟੀਆਂ ਛੱਡੋ ਹਨਾ ਵੀ ਵੱਡੀਆਂ ਕੰਟਰੀਆਂ ਚੋਂ ਰਿਚੇਸਟ ਆ ਤੇ ਬਹੁਤ ਜ਼ਿਆਦਾ ਸੈਲਰੀ ਰੇਟ ਆ ਪੇ ਆ ਜਿਹੜੀ ਬਹੁਤ ਜ਼ਿਆਦਾ ਜੇ ਮੈਂ ਗੱਲ ਕਰਾਂ ਨਾ ਤੁਹਾਡੀ ਇੱਕ ਸਿੰਪਲ ਵੇਅਰ ਉਸ ਦੀ ਅਨਸਕਿਲਡ ਦੀ ਉਹਦੀ ਪੇ ਵੀ ਹੈ ਨਾ ਜਿਹੜੀ ਉਹ ਲਗਭਗ 24000 ਤੋਂ ਲੈ ਕੇ 36000 ਆ 24000 ਯੂਰੋ ਹੈ ਨਾ ਯੂਰੋ ਵੀ ਹੁਣ ਪਾਉਂਡ ਦੇ ਲਗਭਗ ਨੇੜੇ ਹੀ ਆ ਪਾਉਂਡ 105 ਕ ਦਾ 104 5 6 ਦਾ ਤੇ ਯੂਰੋ ਆ ਜਿਹੜੀ ਉਹ ਮੇਰੇ ਹਿਸਾਬ ਨਾਲ 80 ਪਲੱਸ ਦੇ ਲਗਭਗ ਹੋਣੀ ਹੈ ਨਾ ਕ੍ਰੋਸ ਹੋ ਗਈ ਹੋਣੀ ਹੈ ਇਹ ਹੈ ਕਿ ਆ ਜਿਹੜੀ ਇੱਥੇ ਯੂਕੇ ਦੇ ਵਿੱਚ ਆ ਉਹ ਸੈਲਰੀ ਹੈਗੀ ਲਗਭਗ 18000 ਬਣਦੀ ਆ ਤੇ ਉੱਥੇ 24000 ਸੋ ਸੈਲਰੀ ਇਹਨੂੰ ਕ੍ਰੋਸ ਕਰਦੀ ਆ ਦੂਜੀ ਗੱਲ ਜਿਹੜੀ ਬਹੁਤ ਇੰ ਤੁਸੀਂ ਹੈਰਾਨ ਹੋ ਜਾਓਗੇ ਕਿ ਟੈਕਸ ਯਾਰ ਲਕਜ਼ਮਬਰਗ ਦੇ ਟੈਕਸ ਨਾਲ ਦੇ ਬਰਾਬਰ ਆ ਯੂਕੇ ਦੇ ਵਿੱਚ ਦੇਖੋ ਤੁਸੀਂ ਜਦੋਂ ਹਫਤੇ ਦੇ 240 ਪਾਉਂਡ ਲਗਭਗ ਆਈਡੀਆ 240 ਪਾਉਂਡ ਕਮਾ ਲਏ ਨੂੰ ਤਾਂ 20% ਤੁਹਾਨੂੰ ਟੈਕਸ ਇਨਕਮ ਟੈਕਸ ਅਲੱਗ ਪੈਂਦਾ ਐਨਾ ਹੀ ਤੁਹਾਨੂੰ ਸ਼ੁਰੂ ਚ ਸ਼ੁਰੂ ਹੋ ਜਾਂਦਾ ਪੈਨਸ਼ਨ ਤੁਹਾਡੀ ਅਲੱਗ ਕੱਟੀ ਜਾਂਦੀ ਆ ਹੈਲਥ ਚਾਰਜ ਤੁਹਾਡਾ ਅਲੱਗ ਪੈਂਦਾ ਤੇ ਲਕਜ਼ਮਬਰਗ ਦੇ ਵਿੱਚ ਬੜੀ ਵੱਡੀ ਖਾਸੀਅਤ ਆ ਕਿ ਸਾਰਾ ਜਿਹੜਾ ਟੈਕਸ ਆ ਸਾਰਾ ਜਿਹੜਾ ਟੈਕਸ ਆ ਠੀਕ ਹੈ ਉਹਦੇ ਵਿੱਚ ਹੀ ਸਾਰਾ ਕੁਝ ਹੁੰਦਾ ਤੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਨਾ ਮੈਂ ਮੈਂ ਲਿੰਕ ਭੇਜਦਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲੈ ਲਿਓ ਲਿੰਕ ਕਿ ਤੁਸੀਂ ਨਾ ਕੈਲਕੂਲੇਟ ਕਰੋ ਕਿ ਤੁਹਾਡੀ ਜੇ ਸੈਲਰੀ ਸੁਪੋਜ਼ ਕਰੋ ਇੱਕ ਰਫ ਏਰੀਆ ਹੈ ਨਾ ਚਲੋ ਆਪਾਂ ਆਨਲਾਈਨ ਚੱਲਦੇ ਹਾਂ ਤੇ ਤੁਹਾਨੂੰ ਮੈਂ ਸਾਰੀ ਉਹ ਚੀਜ਼ ਕਰਕੇ ਦਿਖਾਉਣਾ ਸੋ ਤੁਸੀਂ ਆਨਲਾਈਨ ਜਾਓ ਆਨਲਾਈਨ ਜੇ ਤੁਸੀਂ ਜਾਓਗੇ ਨਾ ਤੇ ਤੁਸੀਂ ਵੇਖੋ ਤੇ ਟੈਕਸ ਕੈਲਕੂਲੇਟਰ ਉਹਦੇ ਚ ਵੇਖੋ ਤੁਸੀਂ ਸਿੰਗਲ ਫਿਲ ਕਰਨਾ ਹਨਾ ਵੀ ਤੁਹਾਡੇ ਕੋਈ ਬੱਚਾ ਨਹੀਂ ਆ ਤੁਸੀਂ ਸਿੰਗਲ ਹੋ ਆਪਾਂ ਸਿੰਗਲ ਬੰਦੇ ਦਾ ਕਰਦੇ ਆ 2024 ਆ ਜਿਹੜਾ ਈਅਰ ਆ ਇਹਦਾ ਇੰਡੀਵਿਜੂਅਲੀ ਵੀ ਤੁਹਾਡਾ ਕੋਈ ਬਿਜ਼ਨਸ ਨਹੀਂ ਆ ਠੀਕ ਹੈ ਐਨੂਅਲ ਸੈਲਰੀ ਟੋਟਲ ਤੁਹਾਡੀ ਸੈਲਰੀ ਜੇ ਆਪਾਂ ਤੁਹਾਡੀ ਸੈਲਰੀ 4000 ਵੀ ਮੰਥ ਦੀ ਮੰਨੀ ਹੈ ਹਨਾ ਚਲੋ ਆਪਾਂ ਟੋਟਲ 48000 ਭਰਦੇ ਆ ਹਨਾ ਵੀ 48000 ਤੁਹਾਡੀ ਸੈਲਰੀ ਆ ਸਾਲ ਦੀ ਤਾਂ ਆਪਾਂ ਇਹਨੂੰ ਕੈਲਕੂਲੇਟ ਕਰਕੇ ਵੇਖਦੇ ਆ ਕਿ ਤੁਹਾਨੂੰ ਜਿਹੜਾ 24% ਟੈਕਸ ਪਊਗਾ ਸਿਰਫ 24% ਟੈਕਸ ਪਊਗਾ ਉਹਦੇ 'ਚ ਤੁਸੀਂ ਧਿਆਨ ਦਿਓ ਕਿਸ 24% ਦੇ ਵਿੱਚ ਹੀ ਤੁਹਾਡਾ ਹੈਲਥ ਹੈਲਥ ਇੰਸ਼ੋਰੈਂਸ ਆ ਜਿਹੜਾ ਤਿੰਨ ਲਗਭਗ 3% ਆ ਤੁਹਾਡੀ ਪੈਨਸ਼ਨ 8% ਇਹਦੇ ਵਿੱਚ ਹੀ ਆ ਤੁਹਾਡੇ ਟੈਕਸ ਦੇ ਵਿੱਚ ਤੇ ਹੋਰ ਤੁਸੀਂ ਦੇਖੋ ਜਿਹੜਾ ਇਨਕਮ ਟੈਕਸ ਆ ਨਾ ਮੇਨ ਚੀਜ਼ ਧਿਆਨ ਦੇਣ ਦੇ ਨਾਲ ਹੀ ਆ ਇਨਕਮ ਟੈਕਸ ਦੇਖੋ ਯਾਰ ਤੁਸੀਂ ਸਿਰਫ 14% ਆ 48000 ਤੇ ਸਿਰਫ 14% ਆ ਤੇ ਜੇ ਯੂਕੇ ਦੀ ਗੱਲ ਕਰੀਏ ਤਾਂ 48000 ਤੇ ਤੁਸੀਂ ਆਪ ਹੀ ਹਿਸਾਬ ਲਾ ਲਿਓ ਮੈਂ ਅੱਗੇ ਵੀਡੀਓ ਪਾਈ ਸੀ ਜਾ ਕੇ ਦੇਖ ਲਿਓ ਕਿ ਵਟ ਕੱਡੇ ਪਏ ਆ ਹਨਾ ਸੋ ਸਾਰੇ ਟੈਕਸਾਂ ਚ ਵੜ ਜਾਂਦੇ ਆ ਪੈਸੇ ਤੋ ਇੱਥੇ 24% ਆ ਵੈਸੇ ਹੀ ਬੜਾ ਘਾਟਾ ਫਿਰ ਉਹਦੇ ਚ ਹਰ ਇੱਕ ਚੀਜ਼ ਆ ਇਦਾਂ ਨਹੀਂ ਆ ਕਿ ਉਹਨਾਂ ਨੇ ਉਹ ਚੀਜ਼ ਲੱਗ ਕੱਟ ਲਿਓ ਚੀਜ਼ ਲੱਗ ਕੱਟ ਲਈ ਸੋ ਇਹ ਆ ਜੀ ਜਿਹੜਾ ਲਕਸਮਬਰਗ ਆ ਇਹਦੀ ਖਾਸੀ ਉਹਨੂੰ ਟੈਕਸ ਬੜਾ ਪੈਂਦਾ ਹਨਾ ਹਰ ਇੱਕ ਬੰਦੇ ਦੇ ਵੈਸੇ ਤਾਂ ਜਰਮਨੀ ਜਰਮਨੀ ਦਾ ਬਹੁਤ ਜ਼ਿਆਦਾ ਟੈਕਸ ਮੈਂ ਸੁਣੀ ਹੈ ਗੱਲ ਸਪੇਨ ਬੜਾ ਟੈਕਸ ਆ ਫਿਨਲੈਂਡ ਦੇ ਬੰਦੇ ਮੇਰੇ ਨਾਲ ਕੰਮ ਕਰਦੇ ਆ ਤੇ ਮੈਂ ਵੇਖਿਆ ਚਲੋ ਹੁਣ ਤਾਂ ਇਸ ਟਾਈਮ ਤਾਂ ਮੈਂ ਆਪਣਾ ਕੰਮ ਕਰਦਾ ਪਿਛਲੇ ਸਾਲ ਕੰਮ ਕਰਦੇ ਕਿ ਉਹਨੂੰ ਦੱਸਿਆ ਸੀ ਕਿ ਉੱਥੇ ਟੈਕਸ ਯੂਕੇ ਨਾਲੋਂ ਬਹੁਤ ਜ਼ਿਆਦਾ ਬਟ ਲਕਸਮਬਰਗ ਦੀ ਮੈਨੂੰ ਬੜੀ ਖਾਸੀਅਤ ਲੱਗੀ ਹੈ ਹਨਾ ਮੈਂ ਵੀ ਇਹ ਚੀਜ਼ ਨੂੰ ਜ਼ਿਆਦਾਤਰ ਸਰਚ ਹੋਣੀ ਕਰਨਾ ਸ਼ੁਰੂ ਕੀਤਾ ਸੋ ਦੂਸਰੇ ਜਿਹੜੇ ਬੰਦੇ ਇੱਥੇ ਰਹਿੰਦੇ ਆ ਯੂਕੇ ਦੇ ਵਿੱਚ ਰਹਿੰਦੇ ਆ ਉਹ ਪਰੇਸ਼ਾਨ ਹੋ ਗਿਆ ਕੰਪਨੀਆਂ ਨਹੀਂ ਮਿਲ ਰਹੀਆਂ ਜ਼ਿਆਦਾਤਰ ਪਰੇਸ਼ਾਨ ਆ ਉਹ ਬੰਦੇ ਵੀ ਇਹ ਚੀਜ਼ ਤੇ ਸਰਚ ਮਾਰ ਸਕਦੇ ਆ ਪਹਿਲਾਂ ਬਾਈ ਮੇਰੀ ਰਿਕੁਐਸਟ ਆ ਕਿ ਸਾਰੀ ਚੀਜ਼ ਨੂੰ ਆਪ ਸਰਚ ਮਾਰਿਓ ਫਿਰ ਕੋਈ ਏਜੰਟ ਚੂਜ਼ ਕਰਿਓ ਇਦਾਂ ਨਾ ਹੋਵੇ ਤੁਸੀਂ ਸਿੱਧਾ ਏਜੰਟ ਕੋਲੇ ਵੱਜੋ ਤੇ ਉਹ ਤੁਹਾਡੇ ਤੋਂ ਫੇਰ 15-20 ਲੱਖ ਮੰਗ ਲੇ ਠੀਕ ਹੈ ਦੂਸਰੇ ਨੰਬਰ ਤੇ ਬਹੁਤ ਸਾਰੀ ਅਨਸਕਿਲਡ ਜੋਬ ਆ ਜਿਹਦੇ ਕੰਸਟਰਕਸ਼ਨ ਦੀ ਜੋਬ ਵੇਅਰ ਉਸਦੀ ਜੋਬ ਇਹ ਪ੍ਰਾਇਓਰਟੀ ਬੇਸ ਤੇ ਆ ਬਹੁਤ ਸਾਰੀਆਂ ਕੰਪਨੀਆਂ ਤੁਹਾਡਾ ਤੁਹਾਡੇ ਨਾਮਾਂ ਕੰਪਨੀਆਂ ਵੀ ਸ਼ੇਅਰ ਕਰ ਦਿੰਦੇ ਹੋ ਸਕਰੀਨ ਤੇ ਦੇਖ ਲਓ ਕਿ ਯਾਰ ਇੱਥੇ ਇੱਥੇ ਤੁਸੀਂ ਜਾ ਕੇ ਜੋਬ ਅਪਲਾਈ ਕਰ ਸਕਦੇ ਹੋ ਜੇ ਆਪ ਕਰਨੀਆਂ ਤਾਂ ਤੁਸੀਂ ਇੱਥੇ ਵੀ ਕਰ ਸਕਦੇ ਹੋ ਹਨ ਸਾਰੀਆਂ ਜੋਬ ਅਪਲਾਈ ਕਰ ਸਕਦੇ ਹੋ ਤੁਹਾਨੂੰ ਜੋਬ ਦੇ ਦੇਣਗੀਆਂ ਉਹ ਤੁਹਾਨੂੰ ਹਾਇਰ ਕਰ ਲੈਣਗੀਆਂ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ ਆਪਣੇ ਵਿਜ਼ੇ ਤੇ ਸੱਦਣਗੀਆਂ ਤੁਹਾਡੇ ਟਿਕਟ ਵੀ ਆਪਣੇ ਤੱਕ ਭਰਨਗੀਆਂ ਕਿਉਂਕਿ ਉੱਥੇ ਰਿਕੁਆਇਰਮੈਂਟ ਬਹੁਤ ਆ ਤੇ ਟੀਚਰਜ਼ ਜਿਹੜੇ ਵਿਚਾਰੇ ਟੀਚਰ ਰੁਲੀ ਜਾਂਦੇ ਹਨ ਜਿਨ੍ਹਾਂ ਦੀ ਪਲੈਨਿੰਗ ਅਗੇ ਬਾਹਰ ਚੱਲੀ ਉਹ ਜ਼ਰੂਰ ਭਰਾ ਟ੍ਰਾਈ ਕਰਨ 85 ਹਜ਼ਾਰ ਯੂਰੋ ਤੱਕ ਸਾਲ ਦੀ ਉਹਨਾਂ ਦੀ ਇਨਕਮ ਆ ਇੱਥੇ ਤੇ ਬਹੁਤ ਵਧੀਆ ਇਨਕਮ ਆ ਇਹ ਨਹੀਂ ਕਿ ਨਹੀਂ ਆ ਉਹ ਬੰਦੇ ਜਰੂਰ ਟਰਾਈ ਕਰਨ ਚੰਗੀਆਂ ਚੰਗੀਆਂ ਜਿਹੜੀਆਂ ਕੰਪਨੀਆਂ ਜਿਵੇਂ ਮੈਂ ਸਕਰੀਨਸ਼ਾਟ ਦਿਖਾਇਆ ਤੁਸੀਂ ਇੱਥੇ ਜਾ ਕੇ ਜਾਂ ਤੁਸੀਂ ਮੇਥੋਂ ਲਿੰਕ ਲਓ ਤੁਹਾਨੂੰ ਪਹਿਲਾਂ ਵੀ ਕਿ ਇੰਸਟਾਗ੍ਰam ਤੇ ਇੱਥੇ ਮੈਂ ਲਿੰਕ ਤਾਂ ਨਹੀਂ ਸ਼ੇਅਰ ਕਰਦਾ ਕਿ ਤੁਸੀਂ ਨਾ ਉਹ ਚੀਜ਼ ਅਵੇਅਰ ਨਹੀਂ ਹੁੰਦੇ ਹੁਣ ਉਹੀ ਬੰਦਾ ਮੈਨੂੰ ਮੈਸੇਜ ਕਰੂਗਾ ਜਿਹੜਾ ਅਵੇਅਰ ਆ ਜਿਹੜਾ ਸੱਚਮੁੱਚ ਯਾਰ ਕਰਨਾ ਚਾਹੁੰਦਾ ਤੇ ਉਹ ਜਦੋਂ ਲਿੰਕ ਮੈਂ ਉਥੋਂ ਲਵਾਂਗਾ ਤੇ ਮੈਨੂੰ ਇਹ ਵੀ ਪਤਾ ਕਿ ਇਹ ਬੰਦਾ ਅਵੇਅਰ ਆ ਤੇ ਮੈਂ ਉਹਦੇ ਨਾਲ ਅੱਗੇ ਵੀ ਅਪਡੇਟ ਮੈਨੂੰ ਕਰਨੀ ਸੌਖੀ ਆ ਮੈਂ ਉਹਦੇ ਨਾਲ ਅੱਗੇ ਵੀ ਗੱਲ ਕਰੂੰਗਾ ਹਾਂ ਯਾਰ ਇਹ ਬੰਦੇ ਨੇ ਲਿੰਕ ਲਿਆ ਮੇਰੇ ਤੋਂ ਹਨਾ ਸੋ ਇੰਸਟਾਗ੍ਰਾਮ ਤੇ ਮੈਂ ਤੁਹਾਨੂੰ ਲਿੰਕ ਜਰੂਰ ਦੇਵਾਂਗਾ ਦੂਸਰੇ ਨੰਬਰ ਤੇ ਇੱਕ ਹੋਰ ਖਾਸੇ ਦੱਸਦਾ ਤੁਹਾਨੂੰ ਲਗਜ਼ੰਬਰ ਦੀ ਸ਼ਾਇ ਤੁਹਾਨੂੰ ਨਹੀਂ ਪਤਾ ਹੋਣੀ ਕਿਸੇ ਨੂੰ ਵੀ ਟਰਾਂਸਪੋਰਟ ਬਿਲਕੁਲ ਫਰੀ ਆ ਇਹ ਨਹੀਂ ਆ ਕਿ ਤੁਸੀਂ ਇੱਕ ਬਸ ਤੇ ਚੜ ਗਏ ਉਤੇ ਚਲੋ ਬਈ ਇੰਨੇ ਪਾਉਂਡ ਦੇ ਦੋ ਇੰਨੇ ਯੂਰੋ ਦੇ ਦੋ ਟਰਾਂਸਪੋਰਟ ਹਰ ਇੱਕ ਬੰਦੇ ਲਈ ਕੋਈ ਬੁਰਗ ਲਈ ਨਹੀਂ ਕੋਈ ਲਕਜ਼ਮਬਰਗ ਦੇ ਬੰਦਿਆਂ ਲਈ ਨਹੀਂ ਕੋਈ ਕਿਤੇ ਨਹੀਂ ਸੋ ਨੂੰ ਟਰਾਂਸਪੋਰਟ ਹਰ ਇੱਕ ਬੰਦੇ ਨੂੰ ਲਕਜ਼ਮਬਰਗ ਦੇ ਵਿੱਚ ਫਰੀ ਆ ਇਹ ਵੀ ਗੱਲ ਖਿਆਲ ਰੱਖਿਓ ਇੱਕ ਤੁਹਾਨੂੰ ਹੋਰ ਆ ਜਿਹੜੀ ਅਪੋਰਟੈਂਟ ਗੱਲ ਦੱਸਦਾ ਲਕਜ਼ਮਬਰਗ ਇਟਸ ਆ ਸ਼ੈਨਗਨ ਕੰਟਰੀ ਸ਼ੈਨਗਨ ਕੰਟਰੀ ਬਹੁਤ ਸਾਰੇ ਬੰਦਿਆਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਕਿ ਸ਼ੈਨਗਨ ਕੰਟਰੀਆਂ ਚ 26 ਕੰਟਰੀਆਂ ਹੁੰਦੀਆਂ ਜਿਨ੍ਹਾਂ ਚ ਸ਼ੈਨਗਨ ਦੇ ਵਿੱਚ 26 ਕੰਟਰੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਲਕਜ਼ਮਬਰਗ ਵੀ ਆ ਸੋ ਲਕਜ਼ਮਬਰਗ ਜੇ ਤੁਹਾਨੂੰ ਵੀਜ਼ਾ ਦਿੰਦਾ ਤੇ ਤੁਹਾਨੂੰ 26 ਕੰਟਰੀਆਂ ਲਾਈਕ ਮੋਟੇ-ਮੋਟੀਆਂ ਦੱਸ ਦੇਣਾ ਜਿਵੇਂ ਸਵਿਟਜ਼ਰਲੈਂਡ ਆ ਜਰਮਨੀ ਆ ਫਰਾਂਸ ਆ ਆ ਨਾਰਵੇਆ ਡੈਨਮਾਰਕਾ ਫਿਨਲੈਂਡਾ ਇਹਨਾਂ ਸਾਰੀਆਂ ਕੰਟਰੀਆਂ ਤੁਹਾਨੂੰ ਵੀਜ਼ਾ ਫਰੀ ਆ ਤੁਸੀਂ ਬੱਸ ਲੈਣੀ ਆ ਟ੍ਰੇਨ ਲੈਣੀ ਆ ਤੇ ਜਾ ਕੇ ਕਿਸੇ ਵੀ ਕੰਟਰੀ ਆ ਜਿਹੜਾ ਤੁਸੀਂ ਘੁੰਮ ਫਿਰ ਸਕਦੇ ਹੋ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਲਗਜ਼ੰਬਰਗ ਨੂੰ ਛੱਡ ਕੇ ਕੋਈ ਵੀ ਨਹੀਂ ਜਾਊਗਾ ਲੀਵਿੰਗ ਦਾ ਖਰਚਾ ਉੱਥੇ ਉਹ ਵੀ ਇੰਨਾ ਜ਼ਿਆਦਾ ਨਹੀਂ ਆ ਐਜ਼ ਕੰਪੈਰੀਜ਼ਨ ਮੈਂ ਯੂਕੇ ਦੀ ਗੱਲ ਕਰਾ ਹੁਣ ਬਹੁਤ ਸਾਰੇ ਬੰਦੇ ਕਹਿਣਗੇ ਕਿ ਯਾਰ ਤੂੰ ਹੁਣ ਯੂਕੇ ਨੂੰ ਭੰਡਾਂ ਲੱਗਾ ਭੰਡਦਾ ਨਹੀਂ ਯਾਰ ਮੈਂ ਕਹਿੰਦਾ ਜੇ ਯੂਕੇ ਦੇ ਤੁਹਾਡੇ ਰਸਤੇ ਬੰਦ ਹੋ ਗਿਆ ਉਸ ਦਾ ਮੈਂ ਵੀ ਫਿਊਚਰ ਦੇ ਵਿੱਚ ਪਲੈਨਿੰਗ ਕਰਨਾ ਕਿ ਲਗਜ਼ੰਬਰਗ ਚੱਲਦੇ ਆ ਯਾਰ ਹਨਾ ਬਹੁਤ ਵਧੀਆ ਲਾਈਫ ਆ richest country ਆ happiest country ਆ ਜਿਵੇਂ ਹੈਗੀਆਂ ਡੈਨਮਾਰਕ ਫਿਨਲੈਂਡ ਉਹਨਾਂ ਦੇ ਵਿੱਚ ਇੱਕ ਕੰਟਰੀ ਹੁੰਦੀ ਆ ਬਹੁਤ ਲੋਕ ਸੈਟੀਸਫਾਈ ਆ ਅਨਪਲਾਈਮੈਂਟ ਰੇਟ ਜਿਹੜਾ 5% ਤੋਂ ਵੀ ਘੱਟ ਆ ਇੱਥੋਂ ਦਾ ਸੋ ਯਾਨੀ ਕਿ ਹਰ ਇੱਕ ਬੰਦੇ ਕੋਲ ਇੱਥੇ ਲਗਭਗ ਲਗਭਗ ਕੰਮ ਆ ਉਹ ਨਿਸ਼ੇੜੀ ਹੋਣੇ ਜਿਨ੍ਹਾਂ ਕੋਲੇ ਕੰਮ ਹੈ ਨਹੀਂ ਹਨਾ ਹੁਣ ਇਹਨਾਂ ਨੂੰ ਜ਼ਰੂਰਤ ਆ ਜੇ ਇਹਨਾਂ ਕੋਲੇ ਮੰਨ ਕੇ ਚਲੋ ਬੇਰੋਜ਼ਗਾਰੀ ਇੰਨੀ ਜ਼ਿਆਦਾ ਹੁੰਦੀ ਤਾਂ ਫਿਰ ਇਹਨਾਂ ਨੂੰ ਜ਼ਰੂਰਤ ਕਿਉਂ ਪੈਂਦੀ ਸੋ ਬਾਹਰੋਂ ਇਹਨਾਂ ਨੇ ਜਿਹੜੇ ਓਵਰਸੀਜ਼ ਵੀਜ਼ੇ ਆ ਹੁਣ ਦੇਣੇ ਸ਼ੁਰੂ ਕਰਤੇ ਆ ਲਿੰਕ ਤੇ ਜਾਓ ਚੰਗੀ ਤਰ੍ਹਾਂ ਜਿਹੜੀ ਸਰਚ ਕਰੋ ਸੈਲਰੀ ਅੱਛੀ ਆ ਇਹ ਨਹੀਂ ਆ ਕਿ ਸੈਲਰੀ ਅੱਛੀ ਨਹੀਂ ਆ ਬਹੁਤ ਵਧੀਆ ਸੈਲਰੀ ਆ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਟੀਚਰਸ ਦੀ ਮੈਂ ਜ਼ਿਆਦਾ ਹਾਂ ਬਹੁਤ ਬੰਦੇ ਕੇਅਰ ਵਰਕਰ ਆ ਜਿਹੜੇ ਜਿਵੇਂ ਨਰਸਸ ਆ ਕੇਅਰ ਗੀਵਰ ਆ ਜਾਂ ਇਸ ਫੀਲਡ ਚੋਂ ਦੇ ਹੈਲਥ ਕੇਅਰ ਚ ਉਹਨਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਆ ਤੇ ਕੰਸਟਰਕਸ਼ਨ ਵੇਅਰ ਹਾਊਸ ਕੈਸ਼ੀਅਰ ਇਹਨਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਆ ਜਿਹੜੀਆਂ ਅਨਸਕਿਲਡ ਆ ਅਨਸਕਿਲਡ ਦੀ ਸੈਲਰੀ ਵੀ ਘੱਟੋ ਘੱਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 24000 ਤੋਂ ਲੈ ਕੇ 36000 ਆ ਲਗਭਗ ਅੱਲਾ ਜੇ ਤੁਸੀਂ ਮੰਨ ਕੇ ਚੱਲੋ ਤਾਂ 2500 ਯੂਰੋ ਤੋਂ ਲੈ ਕੇ 4000 ਯੂਰੋ ਦੇ ਵਿੱਚ ਵਿੱਚ ਸੈਲਰੀ ਆ ਜਿਹੜੀ ਆਮ ਘੁੰਮਦੀ ਆ ਸਪੋਜ਼ ਕਰੋ ਤੁਸੀਂ ਵਾਇਰ ਹਾਊਸ ਦੇ ਵਿੱਚ ਆ ਗਏ ਉਹਦੇ ਚ ਹੁਣ ਤੁਹਾਡੇ ਕੋਲ ਐਕਸਪੀਰੀਅੰਸ ਵੀ ਨਹੀਂ ਹੈ ਤੁਹਾਡੇ ਕੋਲ ਕੁਝ ਨਹੀਂ ਆ ਤੁਸੀਂ ਸਟਾਰਟਿੰਗ ਕਰੋਗੇ 2500 ਤੋਂ ਹਨਾ ਫੋਰ ਐਗਜ਼ਾਮਪਲ 19 ਕਿਧਰ thro ਹੋ ਸਕਦੀ ਆ 2500 ਤੋਂ ਸਟਾਰਟਿੰਗ ਕਰਾਂਗੇ ਜਿਵੇਂ ਜਿਵੇਂ ਤੁਹਾਡਾ 2 3 4 ਸਾਲ ਦਾ ਐਕਸਪੀਰੀਅੰਸ ਵਧੂਗਾ ਤੁਹਾਡਾ 2500 ਉਹਦਾ 4000 ਤੇ ਪਹੁੰਚ ਜਾਣਾ ਸੋ ਜਿਹੜੇ ਬੰਦੇ ਭਰਾ ਮੇਰੇ ਨਰਾਜ਼ ਹੋ ਗਏ ਆ ਕਿ ਯਾਰ ਪੰਜਾਬ ਨਹੀਂ ਵਿਹਲਾ ਕਰਦਾ ਮੈਂ ਬੁੱਧੀਜੀਵੀ ਸਾਹਿਬ ਜਿਹੜੇ ਬੰਦੇ ਨ ਯਾਰ ਹੁਣ ਤਾਂ ਕਿਸੇ ਪਾਸੇ ਰਸਤੇ ਨਹੀਂ ਬਤੇ ਬਾਈ ਤੁਸੀਂ ਲਗਜ਼ੰਬਰ ਗਾਓ ਜਿਹੜੇ ਬੰਦੇ ਇੱਥੇ ਦੁਖੀ ਆ ਯੂਕੇ ਦੇ ਵਿੱਚ ਬਹੁਤ ਬੰਦੇ ਦੁਖੀ ਆ ਕਈ ਬੰਦੇ ਤਾਂ ਇੰਡੀਆ ਮੋਡਨ ਬਾਰੇ ਸੋਚ ਰਹੇ ਆ ਹਨਾ ਸੋ ਕੱਲ ਮੇਰੇ ਇੱਕ ਬੰਦੇ ਨਾਲ ਗੱਲ ਹੋਈ ਸੀ ਵਿਚਾਰਾ ਉਹ ਵੀ ਉਹਨੂੰ ਮੈਂ ਕਿਹਾ ਕਿ ਨਹੀਂ ਜਾਣਾ ਸੋ ਜਿਹੜੇ ਇੱਥੇ ਬੰਦੇ ਆ ਉਹ ਵੀ ਲਗਜ਼ੰਬਰ ਬਾਰੇ ਸੋਚ ਸਕਦੇ ਆ ਜਿਹੜੀ ਵੀ ਪ੍ਰੋਸੈਸਿੰਗ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਨਾ ਦਾ ਸਿਰਫ 15 ਦਿਨ ਦਾ ਹੀ ਆ ਤੇ ਜਿਹਦੇ ਚ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਸੱਤ ਦਿਨਾਂ ਚ ਕਰ ਦਿੰਦੇ ਆ ਸਾਰਾ ਕੁਝ ਤੁਹਾਡੀ ਤੁਹਾਡੀ ਜੇ ਕੁਆਲੀਫਿਕੇਸ਼ਨ ਵਾਲੀ ਜੋਬ ਆ ਤੇ ਉਹਦੇ 'ਚ ਤੁਹਾਡੇ ਡਾਕੂਮੈਂਟ ਲੱਗਣਗੇ ਪਾਵਰ ਆਫ ਟਰਨੀ ਲੱਗੂਗਾ ਉਹ ਜਿਵੇਂ ਜਿਵੇਂ ਤੁਸੀਂ ਸਾਈਟ ਤੇ ਜਾਵੋਗੇ ਕਿਸੇ ਕੰਪਨੀ ਨਾਲ ਕੰਟੈਕਟ ਕਰੋਗੇ ਤੁਹਾਨੂੰ ਸਾਰਾ ਕੁਝ ਆ ਜਿਹੜਾ ਉਹ ਦੱਸਦਾ ਜਾਊਗਾ ਕਿ ਤੁਹਾਡੇ ਆਹ ਡਾਕੂਮੈਂਟ ਪਾਸਪੋਰਟ ਤੁਹਾਡਾ ਘੱਟੋ ਘੱਟ 6 ਮਹੀਨੇ ਵੈਲਿਡ ਜਰੂਰ ਹੋਵੇ ਹਨਾ ਵੀਜ਼ਾ ਜਿਹੜਾ ਉਹ ਤੁਹਾਨੂੰ ਲਗਭਗ ਜੇ ਮੈਂ ਗਲਤ ਨਾ ਹੋਵਾਂ ਤਾਂ 1 ਸਾਲ ਦਾ ਮਿਲੂਗਾ ਫੈਮਿਲੀ ਤੁਸੀਂ ਨਾਲ ਲੈ ਕੇ ਆ ਸਕਦੇ ਹੋ ਤੇ ਪਰਮਾਨੈਂਟ ਆ ਜਿਹੜਾ ਜੋ ਤੁਸੀਂ ਚੰਗਾ ਕੰਮ ਕਰੋਗੇ ਕੰਪਨੀ ਤੇ ਤੁਹਾਨੂੰ ਅੱਗੇ ਉਹ ਜਿਹੜਾ ਵੀਜ਼ਾ ਐਕਸਟੈਂਡ ਕਰਨਗੇ ਤੁਸੀਂ ਪਰਮਾਨੈਂਟ ਜਿਹੜੀ ਯਾਨੀ ਕਿ ਏ ਆ ਜਿਹੜਾ ਤੁਹਾਡੇ ਲਈ ਇੱਕ 골ਡਨ oportunity ਆ ਜਿਹੜੇ ਬੰਦੇ ਨਰਾਜ ਹੋ ਗਿਆ ਘਟੋ ਘਟ ਇੱਕ ਵੀਜ਼ੇ ਦੀਆਂ ਜਿੱਥੇ ਵੀ ਤੁਸੀਂ ਵੀਜ਼ਾ ਲਾਉਣਾ ਯਾਰ ਵੀਜ਼ਾ ਕੀ ਆ ਕੁਝ ਵੀ ਨਹੀਂ ਆ ਜਿਹੜੇ ਬੰਦੇ ਯੂਕੇ ਗਏ ਉਹਨਾਂ ਨੂੰ ਪੁੱਛੋ ਜਿਹੜੇ ਤੁਹਾਡੇ ਰਿਲੇਟਿਵ ਰਹਿੰਦੇ ਆ ਹਨਾ ਕਿ ਜਿਹੜਾ ਵੀਜ਼ਾ ਤਾਂ ਇੱਥੇ ਆਪ ਹੀ ਸਾਰਾ ਕੁਝ ਹੋ ਜਾਂਦਾ ਸੋ ਇਹਨਾਂ ਅੰਡਰਾਂ ਦੇ ਵਿੱਚ ਆਪਣਾ ਇੰਡੀਆ 'ਚ ਬੈਠਿਆ ਨੂੰ ਲੱਗਦਾ ਵੀਜ਼ਾ 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 ਐਡਾ ਕੁਝ ਨਹੀਂ ਗਾ ਇਹ ਸੋ ਪਹਿਲਾਂ ਸਾਰੀ ਤੈਹ ਤੱਕ ਜਾਓ ਜੇ ਫਿਰ ਵੀ ਲੱਗਦਾ ਤੁਸੀਂ ਤੁਹਾਨੂੰ ਕੋਈ ਬੰਦਾ ਚਾਹੀਦਾ ਜਿਵੇਂ ਕੰਸਲਟੈਂਸ ਚਾਹੀਦਾ ਏਜੰਟ ਨਹੀਂ ਕਹਿੰਦਾ ਮੈਂ ਕੰਸਲਟੈਂਸ ਚਾਹੀਦਾ ਤੇ ਉਹਦੇ ਕੋਲੇ ਤੁਸੀਂ ਜਾਓ ਕਿਉਂਕਿ ਤੁਹਾਨੂੰ ਘਟੋ ਘਟ ਗੱਲਾਂ ਤਾਂ ਪਤਾ ਹੋਣਗੀਆਂ ਨਾ ਤੁਹਾਨੂੰ ਪਤਾ ਲੱਗ ਜਾਊ ਹਾਂ ਯਾਰ ਆਹ ਗੱਲ ਮੈਂ ਪੜੀਆ ਇਹ ਇਹ ਦੱਸੀ ਜਾਂਦਾ ਠੀਕ ਆ ਇਹ ਚੀਜ਼ ਆ ਜਿਹੜੀ ਇਹ ਤੁਸੀਂ ਪਹਿਲਾਂ ਆਪ ਕਰਨੀ ਆ ਬਾਈ ਬਣ ਕੇ ਪਹਿਲਾਂ ਪੜਨਾ ਆਪਾਂ ਵੀ ਸਿਆਣੇ ਬਣੀਏ ਆਪਾਂ ਵੀ ਕੰਗਲੇ ਨਾ ਬਣੀਏ ਇਹ ਨਹੀਂ ਵੀ ਚੱਕ ਕੇ ਮੂੰਹ ਹੁਣ ਜੇ ਲਕਜ਼ਮਬਰਗ ਆ ਤੇ ਲਕਜ਼ਮਬਰਗ ਬਿਨਾ ਵੇਖ ਕੇ ਹੀ ਨਾ ਬਾਈ ਗੁੱਸਾ ਨਾ ਕਰਿਓ ਬਟ ਇਦਾਂ ਦੀ ਬਹੁ ਮੈਂ ਉਹਨਾਂ ਦਾ ਰਿਪਲਾਈ ਨਹੀਂ ਕਰਨਾ ਮੈਂ ਸਿਰਫ ਲਿੰਕ ਭੇਜ ਸਕਦਾ ਸਾਰੀ ਸਰਚ ਤੁਸੀਂ ਆਪ ਕਰਨੀ ਹੈ ਸਰਚ ਕਰਿਓ ਜੇ ਉਹਨਾਂ ਚ ਗੱਲ ਕੋਈ ਤੈਨੂੰ ਪਤਾ ਨਹੀਂ ਲੱਗਦੀ ਤਾਂ ਮੈਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਇੰਸਟਾਗ੍ਰਾਮ ਤੇ ਫਿਰ ਮੈਂ ਤੁਹਾਡਾ ਰਿਪਲਾਈ ਕਰਾਂਗਾ ਹੁਣ ਬਹੁਤ ਬੰਦੇ ਇਹੀ ਕਰੀ ਜਾਣਗੇ ਬਾਈ ਇਹ ਕਿਵੇਂ ਆ ਫਿਰ ਕੀ ਹੁੰਦਾ ਕੀ ਬੰਦਿਆਂ ਦੇ ਸਾਰਿਆਂ ਦੇ ਨਹੀਂ ਕਈ ਤਾਂ ਬੰਦੇ ਬਹੁਤ ਸਿਆਣੇ ਆ ਉਹਨਾਂ ਨੇ ਵਾਈਸ ਮੈਸੇਜ ਹੀ ਛੱਡਣਾ ਮੈਂ ਦੋ ਦਿਨ ਰਿਪਲਾਈ ਨਾ ਕਰਾਂ ਤਿੰਨ ਦਿਨ ਨਾ ਕਰਾਂ ਉਹ ਕੁਝ ਨਹੀਂ ਕਹਿੰਦੇ ਤੇ ਕਈ ਬੰਦੇ ਬਾਈ ਤੁਸੀਂ ਰਿਪਲਾਈ ਨਹੀਂ ਕਰਦੇ ਬਾਈ ਤੁਸੀਂ ਇਹ ਕਰਦੇ ਆ ਬਾਈ ਤੁਸੀਂ ਉਹ ਕਰਦੇ ਆ ਬਾਈ ਤੁਸੀਂ ਪਹਿਲਾਂ ਬੜਾ ਰਿਪਲਾਈ ਕਰ ਮੈਂ ਵੀ ਇਹ ਤਕਰੀਰਾਂ ਚਲੋਣੀਆਂ ਯਾਰ ਹਨਾ ਮੈਨੂੰ ਵੀ ਟਾਈਮ ਚਾਹੀਦਾ ਜੇ ਹੁਣ ਤੁਹਾਨੂੰ ਮੈਂ ਸਾਰੀ ਲਿਸਟ ਵਿਖਾ ਦਿਆਂ ਤਾਂ ਤੁਸੀਂ ਕਹੋਗੇ ਯਾਰ ਇੰਨੇ ਮੈਂ ਰੋਜ਼ ਰਿਪਲਾਈ ਕਰਦਾ ਸੋ ਜਿਵੇਂ ਤੁਹਾਡੀ ਵਾਰੀ ਆਉਂਦੀ ਹੈ ਜੇ ਕਿਸੇ ਦਾ ਨਹੀਂ ਕੀਤਾ ਤਾਂ ਮੈਨੂੰ ਦੱਸੋ ਸੋ ਪਲੀਜ਼ ਯਾਰ ਮੈਨੂੰ ਉਮੀਦ ਆ ਤੁਸੀਂ ਇਹ ਚੀਜ਼ ਮੇਰਾ ਸਾਥ ਦੇਓਗੇ ਇੰਸਟਾਗ੍ਰam ਤੇ ਜਾਓ ਉਹਨੂੰ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੋਈ ਚੀਜ਼ ਨਹੀਂ ਪਤਾ ਲੱਗਦੀ ਜੇ ਆਪਾਂ ਜ਼ਿਆਦਾ ਕੁਆਲਿਟੀ ਹੈ ਕਿਵੇਂ ਕਿਵੇਂ ਅਪਲਾਈ ਕਰਨਾ ਉਹ ਆਪਾਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਸੋ ਲਗਜ਼ੰਬਰਗ ਬਾਰੇ ਸੋਚੋ ਰਿਚੇਸਟ ਕੰਟਰੀ ਆ ਬਹੁਤ ਵਧੀਆ ਸੈਲਰੀ ਆ ਲਿਵਿੰਗ ਐਕਸਪੈਂਸਸ ਇਨੇ ਜ਼ਿਆਦਾ ਨਹੀਂ ਆ ਟਰਾਂਸਪੋਰਟ ਫਰੀ ਆ 26 ਕੰਟਰੀਆਂ ਚ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਸਵਿਟਜ਼ਰਲੈਂਡ ਵਰਗੀਆਂ ਕੰਟਰੀਆਂ ਘੁੰਮੋ ਦੁਨੀਆ ਨੂੰ ਐਕਸਪਲੋਰ ਕਰੋ ਕੱਲਾ ਯੂਕੇ ਯੂਕੇ ਨਾ ਕਰੋ ਕੱਲਾ ਕੈਨੇਡਾ ਕੈਨੇਡਾ ਨਾ ਕਰੋ ਲਾਈ ਲੱਗ ਨਾ ਬਣੋ ਸੋ ਪੈਸਾ ਕੰਗਲਿਆਂ ਨੂੰ ਕਿਸੇ ਏਜੰਟ ਨੂੰ ਨਾ ਦਿਓ ਪਹਿਲਾਂ ਸਰਚ ਕਰੋ ਫਿਰ ਉਸ ਦੀ ਤਹਿ ਤੱਕ ਜਾਓ ਜੇ ਤੁਹਾਡੇ ਉੱਥੇ ਰਿਲੇਟਿਵ ਆ ਤਾਂ ਉਹਨਾਂ ਨਾਲ ਗੱਲ ਕਰੋ ਏਜੰਸੀਆਂ ਨਾਲ ਸਰਚ ਮਾਰੋ ਤੇ ਜਿਵੇਂ ਆਪਾਂ ਯੂਕੇ ਚ ਜੌਬ ਲੱਭਦੇ ਆ ਉਹਨਾਂ ਦੇ ਥਰੂ ਜੌਬ ਲੱਭੋ ਤੇ ਮੈਨੂੰ ਉਮੀਦ ਆ ਜਿਹੜੇ ਬੰਦੇ ਖ ਕਿਹੜਾ ਗਿਵਰਾ ਜਿਹੜੇ ਨਰਸਿਸ ਆ ਜਿਹੜੇ ਆਈਟੀ ਫੀਲਡ ਨਾਲ ਰਿਲੇਟਡ ਆ ਜਿਹੜੀ ਟੀਚਰਸ ਫੀਲਡ ਨਾਲ ਰਿਲੇਟਡ ਆ ਜਿਹੜੇ ਸੌਫਟ ਇੰਜੀਨੀਅਰ ਆ ਸੋ ਇਹਨਾਂ ਬੰਦਿਆਂ ਲਈ ਤਾਂ ਬਹੁਤ ਵਧੀਆ ਓਪਰਚ्युनिटी ਤੇ ਨੀ ਤਨਖਾਹ ਵੀ ਲੱਖ ਲੱਖ ਯੂਰੋ ਆ ਸਾਲ ਦੀ ਸੋ ਬਹੁਤ ਵਧੀਆ ਓਪਰਚ्युनिटी ਆ ਅਸੀਂ ਉਦੋਂ ਹੱਥ ਪਾਉਂਨੇ ਆ ਜਦੋਂ ਹਾਥੀ ਲੰਘ ਜਾਂਦਾ ਪੂਛ ਰਹਿ ਜਾਂਦੀ ਆ ਸੋ ਉਹਨਾਂ ਚਿਰ ਅਸੀਂ ਸੋਚਦੇ ਹੀ ਰਹਿੰਨੇ ਆ ਸੋ ਇਹ ਚੀਜ਼ ਨੂੰ ਅੱਜ ਹੀ ਸਰਚ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਬਹੁਤ ਬੰਦਿਆਂ ਦੀ ਜਿਹੜੀ ਲਾਈਫ ਆ ਬਹੁਤ ਵਧੀਆ ਵੈਲ ਸੈਟਲਡ ਹੋ ਜੂਗੀ ਇਹ ਮੇਰੀ ਉਮੀਦ ਆ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਬੰਦੇ ਯੂਕੇ ਦੇ ਵਿੱਚ ਜਾਂ ਯੂਕੇ ਤੋਂ ਬਾਹਰ ਨਰਾਜ ਆ ਇਥੋਂ ਛੱਡ ਕੇ ਜਾਣਾ ਚਾਹੁੰਦੇ ਆ ਜਾਂ ਯੂਰਪ ਮੂਵ ਹੋਣਾ ਚਾਹੁੰਦੇ ਆ ਠੀਕ ਨਹੀਂ ਸੀ ਅੱਜ ਮੈਂ ਬਟ ਫਿਰ ਵੀ ਤੁਹਾਡੇ ਲਈ ਵੀਡੀਓ ਬਣਾਈ ਆ ਬਿਲਕੁਲ ਠੀਕ ਨਹੀਂ ਆ ਬਟ ਫਿਰ ਵੀ ਸੌਰੀ ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਨਾ ਲ